ਕਿਹਦੇ ਵਿੱਚ ਮੁੰਡੇ ਦੀ ਡੈਡ ਬੋਡੀ ਮਿਲੀ ਸੀ, ਕੀ ਸੀ ਮਾਮਲਾ ਸਾਰਾ ਉਹਦੇ ਬਾਰੇ ਦੱਸੋ। ਉਹਦੇ ਸੰਬੰਧ ਦੇ ਵਿੱਚ ਕੱਲ੍ਹ ਜਿਹੜੀ ਡੈਡ ਬੋਡੀ ਮਿਲੀ ਸੀ, ਮੁਕੱਦਮਾ ਨੰਬਰ 7 ਅੰਡਰ ਸੈਕਸ਼ਨ 304 221 PC ਅਧੀਨ ਦਰਜ ਕਰਕੇ, ਅਤੇ ਦੌਰਾਨੇ ਤਫਤੀਸ਼ ਉਹਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਉਹਨਾਂ 'ਚੋਂ 3 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ, ਇੱਕ ਦੋਸ਼ੀ ਬਕਾਇਆ ਵਾ ਜਿਹਨੂੰ ਜਲਦ ਗ੍ਰਿਫਤਾਰ ਕੀਤਾ। ਸਰ ਕਿੱਥੋਂ ਦੇ ਰਹਿਣ ਵਾਲੇ ਸੀ, ਇਹਨਾਂ ਦੀ ਬੈਕਗਰਾਉਂਡ ਕੀ ਸੀ? ਇਹ ਵੇਰਕੇ ਦੇ ਰਹਿਣ ਵਾਲੇ ਆ ਅਤੇ ਮਿਹਨਤ ਮਜ਼ਦੂਰੀ ਵਗੈਰਾ ਕਰਦੇ ਆ। ਕਿੰਨੀ ਕੁ ਉਮਰ ਸੀ ਸਰ ਇਹਨਾਂ ਦੀ? ਇਹ ਕੋਈ 19 ਸਾਲ 18 ਸਾਲ ਦੇ ਦਰਮਿਆਨ ਦੇ ਆ। ਸਰ ਇਹਨਾਂ ਦੀ ਕੋਈ ਆਪਸੀ ਰੰਜਿਸ਼ ਹੈਗੀ ਸੀ ਪਹਿਲਾਂ ਦੀ? ਇਹ ਤਫਤੀਸ਼ ਦੇ ਦੌਰਾਨ ਜੇ ਕੋਈ ਇਹੋ ਜਿਹਾ ਤੱਤ ਸਾਹਮਣੇ ਆਊਗਾ ਤਾਂ ਉਹਨੂੰ ਵਿਚਾਰਿਆ ਜਾਊਗਾ। ਫਿਲਹਾਲ ਇਹਦੇ 'ਤੇ ਮੈਂ ਕੁਛ ਨਹੀਂ ਦੱਸ ਸਕਦਾ। ਤਿੰਨ ਮੁੰਡੇ ਇਹ ਮਿਹਨਤ ਮਜ਼ਦੂਰੀ ਵਗੈਰਾ ਕਰਦੇ ਆ ਜੀ, ਕਹਿੰਦੇ ਹਾਂਜੀ ਕੀਤਾ ਜਾਊਗਾ ਜੀ। ਠੀਕ ਚੱਲ ਸਰ, ਬਹੁਤ ਵਧੀਆ ਕਹਿੰਦੇ 24 ਘੰਟੇ ਦੇ ਵਿੱਚ ਤੁਹਾਡੀ ਟੀਮ ਨੇ ਬੜਾ ਵਧੀਆ ਹੈਗਾ ਕਿ 24 ਘੰਟੇ 'ਚ ਤੁਹਾਡੀ ਟੀਮ ਨੇ ਕੀਤਾ ਜਾ। ਦੇਖੋ ਜੀ, ਮਾਨਯੋਗ CP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ADCP ਸਾਹਿਬ ਅਤੇ ACP ਸਾਹਿਬ ਵੱਲੋਂ ਸਾਡੇ ਨਾਲ ਪੂਰੀ ਹੈਲਪ ਕੀਤੀ ਗਈ ਅਤੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਆਪਣੀ ਪੁਲਿਸ ਪਾਰਟੀ ਦੇ ਸੋਰਸਾਂ ਰਾਹੀਂ ਜਲਦ ਤੋਂ ਜਲਦ ਇਹਨਾਂ ਨੂੰ ਫੜ ਲਿਆ। ਕਿਹਦੇ ਵਿੱਚ ਮੁੰਡੇ ਦੀ ਡੈਡ ਬੋਡੀ ਮਿਲੀ ਸੀ, ਕੀ ਸੀ ਮਾਮਲਾ ਸਾਰਾ ਉਹਦੇ ਬਾਰੇ ਦੱਸੋ। ਉਹਦੇ ਸੰਬੰਧ ਦੇ ਵਿੱਚ ਕੱਲ੍ਹ ਜਿਹੜੀ ਡੈਡ ਬੋਡੀ ਮਿਲੀ ਸੀ, ਮੁਕੱਦਮਾ ਨੰਬਰ 7 ਅੰਡਰ ਸੈਕਸ਼ਨ 304 221 PC ਅਧੀਨ ਦਰਜ ਕਰਕੇ, ਅਤੇ ਦੌਰਾਨੇ ਤਫਤੀਸ਼ ਉਹਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਉਹਨਾਂ 'ਚੋਂ 3 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ, ਇੱਕ ਦੋਸ਼ੀ ਬਕਾਇਆ ਵਾ ਜਿਹਨੂੰ ਜਲਦ ਗ੍ਰਿਫਤਾਰ ਕੀਤਾ। ਸਰ ਕਿੱਥੋਂ ਦੇ ਰਹਿਣ ਵਾਲੇ ਸੀ, ਇਹਨਾਂ ਦੀ ਬੈਕਗਰਾਉਂਡ ਕੀ ਸੀ? ਇਹ ਵੇਰਕੇ ਦੇ ਰਹਿਣ ਵਾਲੇ ਆ ਅਤੇ ਮਿਹਨਤ ਮਜ਼ਦੂਰੀ ਵਗੈਰਾ ਕਰਦੇ ਆ। ਕਿੰਨੀ ਕੁ ਉਮਰ ਸੀ ਸਰ ਇਹਨਾਂ ਦੀ? ਇਹ ਕੋਈ 19 ਸਾਲ 18 ਸਾਲ ਦੇ ਦਰਮਿਆਨ ਦੇ ਆ। ਸਰ ਇਹਨਾਂ ਦੀ ਕੋਈ ਆਪਸੀ ਰੰਜਿਸ਼ ਹੈਗੀ ਸੀ ਪਹਿਲਾਂ ਦੀ? ਇਹ ਤਫਤੀਸ਼ ਦੇ ਦੌਰਾਨ ਜੇ ਕੋਈ ਇਹੋ ਜਿਹਾ ਤੱਤ ਸਾਹਮਣੇ ਆਊਗਾ ਤਾਂ ਉਹਨੂੰ ਵਿਚਾਰਿਆ ਜਾਊਗਾ। ਫਿਲਹਾਲ ਇਹਦੇ 'ਤੇ ਮੈਂ ਕੁਛ ਨਹੀਂ ਦੱਸ ਸਕਦਾ। ਤਿੰਨ ਮੁੰਡੇ ਇਹ ਮਿਹਨਤ ਮਜ਼ਦੂਰੀ ਵਗੈਰਾ ਕਰਦੇ ਆ ਜੀ, ਕਹਿੰਦੇ ਹਾਂਜੀ ਕੀਤਾ ਜਾਊਗਾ ਜੀ। ਠੀਕ ਚੱਲ ਸਰ, ਬਹੁਤ ਵਧੀਆ ਕਹਿੰਦੇ 24 ਘੰਟੇ ਦੇ ਵਿੱਚ ਤੁਹਾਡੀ ਟੀਮ ਨੇ ਬੜਾ ਵਧੀਆ ਹੈਗਾ ਕਿ 24 ਘੰਟੇ 'ਚ ਤੁਹਾਡੀ ਟੀਮ ਨੇ ਕੀਤਾ ਜਾ। ਦੇਖੋ ਜੀ, ਮਾਨਯੋਗ CP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ADCP ਸਾਹਿਬ ਅਤੇ ACP ਸਾਹਿਬ ਵੱਲੋਂ ਸਾਡੇ ਨਾਲ ਪੂਰੀ ਹੈਲਪ ਕੀਤੀ ਗਈ ਅਤੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਆਪਣੀ ਪੁਲਿਸ ਪਾਰਟੀ ਦੇ ਸੋਰਸਾਂ ਰਾਹੀਂ ਜਲਦ ਤੋਂ ਜਲਦ ਇਹਨਾਂ ਨੂੰ ਫੜ ਲਿਆ। ਪੰਜਾਬ